ਅੱਜ ਆਪਾਂ ਬਣਾਵਾਂਗੇ ਬ੍ਰੈਡਾਂ ਦਾ ਕੜਾਹ। ਬਹੁਤ ਹੀ ਸਵਾਦਿਸ਼ਟ ਬਣਦਾ, ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਟਰਾਈ ਜ਼ਰੂਰ ਕਰਿਓ। ਚਲੋ ਜੀ, ਕਰਦੇ ਹਾਂ ਸ਼ੁਰੂ ਫਿਰ ਬ੍ਰੈਡਾਂ ਦਾ ਕੜਾਹ ਬਣਾਉਣਾ। ਬ੍ਰੈਡਾਂ ਦਾ ਕੜਾਹ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਡੇ ਸਾਹਮਣੇ ਪਿਆ, ਤੁਹਾਨੂੰ ਮੈਂ ਦੱਸਦਾ। ਮੈਂ ਬ੍ਰੈਡ ਲਿੱਤੇ ਆ, ਤੁਸੀਂ ਕੋਈ ਵੀ ਕੁਆਲਿਟੀ ਦੇ ਬ੍ਰੈਡ ਲੈ ਸਕਦੇ ਹਾਂ। ਇਸ ਦੇ ਮੈਂ 6 ਪੀਸ ਲਿੱਤੇ ਨੇ ਬ੍ਰੈਡਾਂ ਦੇ। 1 ਗਲਾਸ ਦੁੱਧ ਦਾ ਲਿੱਤਾ ਮੈਂ, ਅਸੀਂ ਦੇ ਲਓ ਦੁੱਧ ਅਤੇ ਚੀਨੀ ਅਤੇ ਅੱਧਾ ਕੁ ਕੜਛੀ ਦੇਸੀ ਘੀ ਜਾਂ ਡਾਲਡੇ ਘੀ ਘੀ ਚਾਹੀਦਾ ਆਪਾਂ ਨੂੰ ਇਸ ਦੇ ਵਾਸਤੇ ਬਣਾਉਣ ਵਾਸਤੇ। ਆਹ ਸਮਾਨ ਆ ਬ੍ਰੈਡ ਦਾ ਕੜਾਹ ਬਣਾਉਣ ਵਾਸਤੇ। ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਦਾ। ਤੁਸੀਂ ਬ੍ਰੈਡ ਲੈਣੇ ਆ, ਬ੍ਰੈਡਾਂ ਜੋ ਆਹ ਬਰਾਊਨ ਹਿੱਸਾ, ਇਹਨਾਂ ਨੂੰ ਭੋਰ ਦੇਣਾ ਪਹਿਲਾਂ। ਆਹ ਦੇਖੋ, ਇਸ ਤਰ੍ਹਾਂ ਭੋਰ ਕੇ ਸਾਈਡ ਕਰਦਾ। ਆਪਾਂ ਨੂੰ ਅੰਦਰਲਾ ਜੋ ਵਾਈਟ ਵਾਈਟ ਹਿੱਸਾ ਉਹੀ ਚਾਹੀਦਾ, ਬ੍ਰੈਡਾਂ ਦਾ ਸਾਰਾ ਭੋਰ ਲੈਣਾ ਸਾਈਡ ਦੇ ਉੱਤੇ, ਜਿਸ ਤਰ੍ਹਾਂ ਮੈਂ ਕੀਤਾ ਹੈ। ਆਹ ਬਲੈਕ ਬਲੈਕ ਲਾ ਦੇਣਾ ਤੁਸੀਂ, ਅਤੇ ਇਹਨਾਂ ਨੂੰ ਬ੍ਰੈਡਾਂ ਨੂੰ ਤੁਸੀਂ ਚੰਗੀ ਤਰ੍ਹਾਂ ਭੋਰ ਲੈਣਾ। ਫਿਰ ਆਹ ਦੇਖੋ, ਤੁਹਾਨੂੰ ਮੈਂ ਦੱਸਦਾ ਕਿਸ ਤਰ੍ਹਾਂ। ਆਹ ਦੇਖੋ, ਇਸ ਤਰ੍ਹਾਂ ਕਰਕੇ ਨਾ ਤੁਸੀਂ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਇਹਨੂੰ। ਇਸ ਤਰ੍ਹਾਂ ਚੰਗੀ ਤਰ੍ਹਾਂ ਹੱਥਾਂ 'ਚ ਪਾ ਕੇ ਨਾ ਚੰਗੀ ਤਰ੍ਹਾਂ ਤੁਸੀਂ ਉਹਨੂੰ ਬਰੀਕ ਕਰ ਦੇਣਾ, ਜੇ ਆਪਣਾ ਮੋਟਾ ਜਾਂ ਨਾ ਰਹਿ ਜਾਵੇ। ਠੀਕ ਹੈ, ਜੇ 6 ਤੋਂ 6 ਬ੍ਰੈਡ ਆ, ਇਸ ਤਰ੍ਹਾਂ ਤੁਸੀਂ ਬਰੀਕ ਕਰ ਦੇਣਾ। ਆਹ ਦੇਖੋ, ਇਸ ਤਰ੍ਹਾਂ ਤੁਸੀਂ ਬ੍ਰੈਡ ਨੂੰ ਬਰੀਕ ਕਰ ਲੈਣਾ, ਉਹਦਾ ਕਾਲਾ ਹਿੱਸਾ ਲਾ ਕੇ ਇਸ ਤਰ੍ਹਾਂ ਤੁਸੀਂ ਬਰੀਕ ਕਰ ਲੈਣਾ ਉਹਨੂੰ, ਜਿਸ ਤਰ੍ਹਾਂ ਮੈਂ ਕੀਤਾ। ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਦਾ। ਪੈਨ ਗਰਮ ਕਰਕੇ ਉਸ ਦੇ ਵਿੱਚ ਘੀ ਪਾ ਲੈਣਾ ਤੁਸੀਂ। ਆਹ ਦੇਖੋ, ਘੀ ਆਪਾਂ ਨੇ ਇਸ ਦੇ ਵਿੱਚ ਪਾ ਲਿਆ ਸਾਰਾ। ਜਦੋਂ ਆਪਣਾ ਘੀ ਐਨ ਪਿਘਲ ਜਾਵੇ, ਮਲਟ ਹੋ ਜਾਵੇ, ਜਦੋਂ ਆਪਣਾ ਘੀ ਐਨ ਪਤਲਾ ਹੋ ਜਾਵੇ, ਫਿਰ ਆਪਾਂ ਨੇ ਇਸ ਦੇ ਵਿੱਚ ਆਹ ਬ੍ਰੈਡਾਂ ਨਾਲ ਬਰੀਕ ਕੀਤੇ ਜੋ ਆਪਾਂ ਨੇ, ਉਹ ਆਪਾਂ ਨੇ ਇਸ ਦੇ ਵਿੱਚ ਪਾ ਦੇਣੇ। ਜੋ ਘੀ 'ਚ ਪਾਇਆ ਆਪਾਂ ਨੇ ਇਹਨੂੰ ਹੈ ਚੰਗੀ ਤਰ੍ਹਾਂ ਹਿਲਾ ਲੈਣਾ। ਫਿਰ ਜਿਸ ਤਰ੍ਹਾਂ ਮੈਂ ਹਿਲਾਉਂਦਾ, ਤੁਸੀਂ ਵੀ ਇਸ ਤਰ੍ਹਾਂ ਹੀ ਹਿਲਾਉਣਾ। ਇਸ ਤਰ੍ਹਾਂ ਮੈਂ ਹਿਲਾਉਂਦਾ, ਇਸ ਤਰ੍ਹਾਂ ਤੁਸੀਂ ਲਾਉਣਾ। ਆਪਾਂ ਨੇ ਇਸਨੂੰ ਇੰਨਾ ਕੁ ਭੁੰਨਣਾ ਵੀ ਇਹ ਹਲਕਾ ਜਿਹਾ ਬਰਾਊਨ ਹੋ ਜਾਵੇ, ਇਸਦੀ ਜੋ ਖੁਸ਼ਬੂ ਆ ਥੋੜ੍ਹੀ ਆਪਾਂ ਨੂੰ ਆਉਣੀ ਸ਼ੁਰੂ ਹੋ ਜਾਵੇ। ਫਿਰ ਆਪਾਂ ਇਸ ਦੇ ਵਿੱਚ ਚੀਨੀ ਅਤੇ ਦੁੱਧ ਪਾਵਾਂਗੇ, ਉਹ ਤੁਹਾਨੂੰ ਮੈਂ ਦੱਸਦਾ ਕਦੋਂ ਪਾਉਣਾ ਆਪਾਂ ਨੇ। ਆਹ ਤੁਸੀਂ ਦੇਖਦੇ ਰਹੋ। ਆਹ ਦੇਖੋ, ਥੋੜ੍ਹਾ ਥੋੜ੍ਹਾ ਹਿਲਾਉਂਦੇ ਵੀ ਰਹਿਣਾ ਤੁਸੀਂ ਨਾਲ, ਕਿ ਆਪਣਾ ਥੱਲੇ ਨਾ ਲੱਗੇ। ਗੌਰ ਕਰਨੀ, ਜਦੋਂ ਆਪਾਂ ਨੇ ਘੀ ਪਾਇਆ ਅਤੇ ਬ੍ਰੈਡ ਪਾਇਆ ਇਸ ਦੇ ਵਿੱਚ, ਵੀ ਇਸਨੂੰ ਹਿਲਾਉਂਦੇ ਰਹਿਣਾ, ਆਪਣਾ ਥੱਲੇ ਨਾ ਲੱਗੇ। ਆਹ ਦੇਖੋ, ਆਪਣਾ ਹਲਕਾ ਹਲਕਾ ਜਿਹਾ ਬਰਾਊਨ ਹੋਣਾ ਸ਼ੁਰੂ ਹੋ ਗਿਆ। ਹੁਣ ਆਪਾਂ ਇਸ ਦੇ ਵਿੱਚ ਦੁੱਧ ਅਤੇ ਚੀਨੀ ਪਾ ਸਕਦੇ ਹਾਂ। ਹੁਣ ਮੈਂ ਇਸ ਦੇ ਵਿੱਚ ਦੁੱਧ ਪਾ ਤਾ। ਪਹਿਲਾਂ ਤੁਸੀਂ ਇਸ ਦੇ ਵਿੱਚ ਦੁੱਧ ਪਾਉਣਾ, ਇਸ ਨੂੰ ਹਲਕਾ ਜਿਹਾ ਹਿਲਾਉਣਾ। ਠੀਕ ਹੈ ਜੀ, ਇਸ ਦੇ ਨਾਲ ਹੀ ਤੁਸੀਂ ਚੀਨੀ ਪਾ ਦੇਣੀ ਜਿੰਨੀ ਤੁਹਾਨੂੰ ਚਾਹੀਦੀ, ਵੱਧ ਘੱਟ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ। ਮੈਂ ਇਸ ਦੇ ਵਿੱਚ ਤਕਰੀਬਨ 4 ਤੋਂ 5 ਚਮਚੇ ਚੀਨੀ ਦੇ ਪਾ ਦਿੱਤੇ ਆ। ਇਸ ਨੂੰ ਤੁਸੀਂ ਹਲਕੇ ਹਲਕੇ ਹਿਲਾਉਂਦੇ ਰਹਿਣਾ, ਬਸ ਕੁਛ ਕੁ ਮਿੰਟਾਂ ਵਿੱਚ ਇਸ ਨੇ ਬਣ ਕੇ ਤਿਆਰ ਹੋ ਜਾਣਾ। ਆ ਤੁਹਾਨੂੰ ਮੈਂ ਦਿਖਾਉਂਦਾ, ਆ ਤੁਸੀਂ ਦੇਖ ਸਕਦੇ ਹੋ, ਬਸ 2 ਮਿੰਟਾਂ ਦੇ ਵਿੱਚ ਹੀ ਆਪਣਾ ਬਣ ਕੇ ਤਿਆਰ ਹੋ ਗਿਆ ਇਹ। ਆ ਤੁਸੀਂ ਦੇਖ ਸਕਦੇ ਹੋ, ਆਪਣਾ ਹਲਵਾ ਬਿਲਕੁਲ ਰੇਡੀ ਆ। ਬ੍ਰੈਡਾਂ ਦਾ ਹਲਵਾ, ਬਹੁਤ ਅੱਛੀ ਖੁਸ਼ਬੂ ਆ ਰਹੀ ਹੈ ਇਸਦੀ। ਜਦੋਂ ਇਸਨੇ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਵੇ ਤਾਂ ਆਪਣਾ ਇਹ ਰੇਡੀ ਆ। ਆ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਇਸਦੀ ਗੈਸ ਕਰ ਦੇਣੀ ਬੰਦ। ਆ ਦੇਖੋ, ਮੈਂ ਇਸਦੀ ਗੈਸ ਕਰ ਦਈ ਬੰਦ, ਅਤੇ ਇਸ ਨੂੰ ਆਪਾਂ ਨੇ ਇੱਕ ਕੌਲੀ 'ਚ ਪਾ ਕੇ ਸਰਵ ਕਰਨਾ। ਉਹ ਤੁਹਾਨੂੰ ਮੈਂ ਦੱਸਦਾ ਆਪਣਾ ਸਰਵ ਕਿਸ ਤਰ੍ਹਾਂ ਕਰਨਾ। ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਸਦੀ, ਤੁਸੀਂ ਵੀ ਜ਼ਰੂਰ ਟਰਾਈ ਕਰੋ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਕੜਾਹ ਬਣਾਉਣ ਦੀ। ਆਪਾਂ ਥੋੜ੍ਹੀ ਜਿਹੀ ਇਸਦੀ ਗਾਰਨਿਸ਼ ਵੀ ਕਰ ਦਿੰਦੇ ਹਾਂ, ਕਿ ਜਦੋਂ ਆਪਾਂ ਨੇ ਕਿਸੇ ਆਪਣੇ ਗੈਸਟ ਨੂੰ ਜਾਂ ਰਿਸ਼ਤੇਦਾਰ ਨੂੰ ਆਪਾਂ ਨੇ ਦੇਣਾ, ਉਸਦੇ ਅੱਗੇ ਬਹੁਤ ਸੋਹਣਾ ਲੱਗਦਾ ਆਪਣੇ ਇਸ ਤਰ੍ਹਾਂ ਸਰਵ ਕੀਤਾ ਹੈ ਨਾ। ਪੂਰਾ ਕਾਜੂ ਬਦਾਮ ਤੁਸੀਂ ਦਾਖਾਂ ਥੋੜ੍ਹੇ ਉੱਪਰ ਰੱਖ ਸਕਦੇ ਇਸ ਤਰ੍ਹਾਂ। ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜੀ ਜ਼ਰੂਰ ਦੱਸਿਓ, ਅਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ।